ਮਨੁੱਖ ਜੋ ਦੇਖਦਾ ਹੈ ਇਹਦਾ ਮਨ ਉਹਨਾਂ ਚੀਜ਼ਾਂ ਤੋਂ ਬਹੁਤ ਜਲਦੀ ਪ੍ਰਭਾਵਿਤ ਹੁੰਦਾ ਹੈ। ਜਿਹੜੀ ਚੀਜ਼ ਦਿਸ ਜਾਂਦੀ ਹੈ ਉਸ ਤੋਂ ਮਨ ਜਲਦੀ ਪ੍ਰਭਾਵਿਤ ਹੋ ਜਾਂਦਾ ਹੈ। ਸੰਸਾਰ ਦਿਸਦਾ ਹੈ ਅਤੇ ਸੰਸਾਰ ਤੋਂ ਮਨ ਪ੍ਰਭਾਵਿਤ ਵੀ ਬਹੁਤ ਹੁੰਦਾ ਹੈ, ਕਿਉਂਕਿ ਸਾਰੀਆਂ ਚੀਜ਼ਾਂ ਦੇ ਰੂਪ ਰੰਗ ਅਹਿਮੀਅਤ ਸਾਡੀਆਂ ਅੱਖਾਂ ਦੇ ਸਾਹਮਣੇ। ਆਤਮਾ ਨਿਰੰਕਾਰ ਇਹ ਮਨੁੱਖ ਨੂੰ ਦਿਸਦਾ ਨਹੀਂ ਹੈ, ਕਿਉਂਕਿ ਇਸ ਨੂੰ ਪਰਮਾਤਮਾ ਨੂੰ ਦੇਖਣ ਵਾਲੀਆਂ ਅੱਖਾਂ ਹੋਰ ਹੈ। ਸੰਸਾਰ ਨੂੰ ਦੇਖਣ ਵਾਲੀ ਅੱਖ ਤਾਂ ਸਾਨੂੰ ਮਾਂ ਬਾਪ ਤੋਂ ਹੀ ਮਿਲ ਗਈ ਜਦੋਂ ਇਹ ਸਰੀਰ ਮਿਲਿਆ, ਪਰ ਨਿਰੰਕਾਰ ਨੂੰ ਵੇਖਣ ਵਾਲੀ ਅੱਖ ਗੁਰੂ ਤੋਂ ਮਿਲਦੀ ਹੈ। ਜਦੋਂ ਤੱਕ ਗੁਰੂ ਨੇ ਸਾਨੂੰ ਪਰਮਾਤਮਾ ਨੂੰ ਵੇਖਣ ਵਾਲੀ ਅੱਖ ਨਹੀਂ ਬਖਸ਼ੀ, ਉਦੋਂ ਤੱਕ ਗੁਰੂ ਦੀ ਪਰਮਾਤਮਾ ਦੀ ਅਹਿਮੀਅਤ ਦਾ ਪਤਾ ਨਹੀਂ ਚੱਲਦਾ। ਇਸੇ ਕਰਕੇ ਹੀ ਸਾਹਿਬਾਂ ਨੇ ਕਿਹਾ ਗੁਰਬਾਣੀ 'ਚ, ਨਾਨਕ ਸੇਈ ਅੱਖੜੀਆਂ ਬੇਅੰਨ ਜਿੰਨੀ ਦਿਸੰਦੜੋ ਮਾਂ ਪਿਰੀ, ਉਹ ਅੱਖਾਂ ਹੋਰ ਹੈ। ਅਸਲ ਵਿੱਚ ਸੰਸਾਰ ਨੂੰ ਦੇਖਣ ਵਾਲੀ ਅੱਖ ਨੇ ਸੰਸਾਰ ਦੇਖਿਆ, ਅਤੇ ਸਾਨੂੰ ਇਸ ਸੰਸਾਰ 'ਤੇ ਜੋ ਦਿਸਿਆ ਹੈ ਉਹਦੇ ਨਾਲ ਪਿਆਰ ਪੈ ਗਿਆ। ਉਹਨਾਂ ਚੀਜ਼ਾਂ ਦੀ ਖਾਤਰ ਮਨੁੱਖ ਨੇ ਆਪਣੀ ਜ਼ਿੰਦਗੀ ਦਾਅ 'ਤੇ ਲਗਾਈ ਹੋਈ, ਐਵੇਂ ਲੱਗਣ ਲੱਗ ਗਿਆ ਮਨੁੱਖ ਨੂੰ ਸਭ ਕੁਛ ਧਨ ਹੀ ਧਨ ਹੈ, ਧਰਮ ਕੁਝ ਵੀ ਨਹੀਂ। ਇਹ ਮਨੁੱਖ ਦੇ ਅੰਦਰ ਇੱਕ ਭੁਲੇਖਾ, ਇੱਕ ਭਰਮ ਪੈ ਗਿਆ। ਇੱਥੇ ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਸਾਖੀ ਬੜੀ ਪਿਆਰੀ ਲੱਗਦੀ ਹੈ, ਉਹ ਸਾਖੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰ ਲਾਹੌਰ ਦੇ ਕੋਲ ਇੱਕ ਬੜੇ ਹੀ ਅਮੀਰ ਆਦਮੀ ਦੇ ਘਰ ਜਾਂਦੇ ਹੈ, ਅਤੇ ਕੀ ਦੇਖਦੇ ਨੇ, ਉਸ ਅਮੀਰ ਆਦਮੀ ਦੇ ਮਹਿਲ ਦੇ ਵਿੱਚ ਵੱਡਾ ਉਹਦੀ ਹਵੇਲੀ, ਵੱਡਾ ਘਰ, ਔਰ ਉੱਥੇ ਸੱਤ ਝੰਡੇ ਉੱਤੇ ਝੁੱਲ ਰਹੇ ਆ, ਸੱਤ ਝੰਡੇ। ਸਤਿਗੁਰਾਂ ਨੇ ਉਸ ਨੂੰ ਪੁੱਛਿਆ, ਇਹ ਸੱਤ ਝੰਡਿਆਂ ਦਾ ਰਾਜ ਕੀ ਹੈ? ਤੇਰੇ ਘਰ 'ਤੇ 7 ਫਲੈਗਸ ਲੱਗੇ ਹੋਏ ਆ, ਇਹਨਾਂ ਦਾ ਰਾਜ ਕੀ? ਉਹ ਕਹਿਣ ਲੱਗਾ, ਜੀ ਇਹ ਰਿਵਾਜ਼ ਹੈ, ਜਿਹੜਾ ਬੰਦਾ ਜਿੰਨੇ ਲੱਖ ਕਮਾ ਲਵੇ ਉਨੇ ਹੀ ਝੰਡੇ ਲੱਗਦੇ ਜਾਂਦੇ ਆ, ਅਤੇ ਸੱਤ ਝੰਡਿਆਂ ਦਾ ਮਤਲਬ ਇਹ ਹੈ ਇਸ ਵੇਲੇ ਮੇਰੇ ਕੋਲ 7 ਲੱਖ ਰੁਪਈਆ ਹੈਗਾ, ਇੰਨੀ ਧਨ ਦੌਲਤ ਮੇਰੇ ਕੋਲ ਹੈ, ਇੰਨੀ ਕੁ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜਦੋਂ 1 ਲੱਖ ਹੋਰ ਕਮਾ ਲਏਗਾ ਕੀ ਹੋਏਗਾ? 1 ਝੰਡਾ ਹੋਰ ਵੱਧ ਜਾਏਗਾ। ਦੂਸਰਾ ਲੱਖ ਕਮਾ ਲਏਗਾ ਫੇਰ ਕੀ ਹੋਏਗਾ? 1 ਝੰਡਾ ਹੋਰ ਵੱਧ ਜਾਏ। ਤੇ ਸਤਿਗੁਰਾਂ ਨੇ ਅੰਤ ਨੂੰ ਉਸਨੂੰ ਕਿਹਾ, ਇਹ ਇੱਕ ਛੋਟੀ ਜੀ ਮੇਰੀ ਸੋਈ ਹੈ, ਇਹ ਸੋਈ ਰੱਖ ਲੈ, ਅਗਲੇ ਜਨਮ ਦੇ ਵਿੱਚ ਮੈਂ ਤੇਰੇ ਤੋਂ ਲੈ ਲਵਾਂਗਾ। ਲੈ ਗਿਆ, ਜਾ ਕੇ ਆਪਣੀ ਪਤਨੀ ਨੂੰ ਉਹ ਸੂਈ ਪਕੜਾ ਕੇ ਕਹਿਣ ਲੱਗਾ, ਇੱਕ ਫਕੀਰ ਆਏ ਨੇ, ਉਹਨਾਂ ਨੇ ਇਹ ਸੂਈ ਦਿੱਤੀ ਹੈ ਕਿ ਇਹ ਰੱਖ ਲਓ, ਅਗਲੇ ਜਨਮ 'ਚ ਲੈ ਲਾਂਗੇ, ਤੇ ਰੱਖ ਲੈ। ਔਰ ਮੈਂ ਪਹਿਲਾਂ ਵੀ ਕਈ ਵਾਰ ਅਰਜ਼ ਕੀਤਾ ਹੈ ਅਤੇ ਹੁਣ ਫੇਰ ਮੈਂ ਕਰ ਦੇਵਾਂ।
ਮਨੁੱਖਾਂ ਦੀ ਜ਼ਿਆਦਾ ਦ੍ਰਿਸ਼ਟੀ ਪਦਾਰਥਵਾਦੀ ਹੁੰਦੀ ਹੈ। ਮਨੁੱਖ ਪਦਾਰਥ ਦੀ ਜਿੰਨੀ ਪਰਖ ਰੱਖਦਾ ਹੈ, ਬਾਹਰ ਦੀ ਇੰਨਾ ਇਸਤਰੀ ਨਹੀਂ ਰੱਖਦੀ, ਘੱਟ ਹੈ। ਪਰ ਅਧਿਆਤਮਿਕ ਦੀ ਜਿਤਨੀ ਪਰਖ, ਜਿੰਨੀ ਸਮਝ ਔਰਤ ਨੂੰ ਹੁੰਦੀ ਹੈ, ਮਰਦ ਨੂੰ ਉਸ ਤੋਂ ਘੱਟ ਹੁੰਦੀ ਹੈ। ਇਸ ਚੀਜ਼ ਨੂੰ ਸਵੀਕਾਰ ਕਰਨਾ ਪਵੇ। ਹੁਣ ਉਹ ਅਧਿਆਤਮਵਾਦ ਦੇ ਨੇੜੇ ਸੀਗੀ। ਉਸਦੀ ਪਤਨੀ ਉਹ ਕਹਿਣ ਲੱਗੀ, ਜਦੋਂ ਇਸ ਦੁਨੀਆਂ ਤੋਂ ਜਾਏਗਾ, ਨਾਲ ਤਾਂ ਤੇਰਾ ਤਨ ਵੀ ਨਹੀਂ ਜਾਣਾ, ਤਨ ਵੀ ਇੱਥੇ ਹੀ ਸੜ ਜਾਣਾ ਹੈ ਲੱਕੜੀਆਂ 'ਤੇ ਸੂਈ ਕਿੱਥੋਂ ਲੈ ਜਾਏਗਾ? ਦੇਣਦਾਰ ਨਾ ਹੋ, ਉਸਨੂੰ ਹੁਣੇ ਹੀ ਲੁਟਾ ਦੇ, ਅਗਲੇ ਜਨਮ ਦਾ ਵਾਅਦਾ ਨਾ ਕਰ। ਗੱਲ ਸਮਝ ਆਈ, ਲਟਾਉਣ ਆਇਆ, ਵਾਪਸ ਕਰਨ ਆਇਆ। ਤਾਂ ਗੁਰੂ ਸਾਹਿਬ ਜੀ ਨੇ ਅੱਗੋਂ ਕਹਿ ਦਿੱਤਾ ਕਿ ਫਿਰ ਆ ਜਿੰਨੇ ਲੋਕਾਂ ਦਾ ਤੂੰ ਇਕੱਠਾ ਕਰਕੇ ਧਨ ਦੌਲਤ ਰੱਖਿਆ ਹੈ, ਇਹਨਾਂ ਨੂੰ ਅੱਗੇ ਜਾ ਕੇ ਕੀ ਦੇਵੇਗਾ? ਧਰਮ ਰਾਏ ਜਬ ਲੇਖਾ ਮੰਗ ਕਿਆ ਮੁੱਖ ਲੈ ਕੇ ਜਾਹੇਗਾ। ਇਹ ਜਦੋਂ ਤੇਰਾ ਅੱਗੇ ਜਾ ਕੇ ਲੇਖਾ ਆਉਣਾ ਹੈ, ਉਦੋਂ ਦੱਸ ਫਿਰ ਕੀ ਕਰੇਗਾ, ਉਦੋਂ ਕੀ ਕਰੇਗਾ? ਗੱਲ ਉਸਦੇ ਸਮਝ ਆ ਗਈ। ਔਰ ਸਮਝ ਆਉਣ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੀ ਪ੍ਰੇਰਨਾ ਦੇ ਨਾਲ ਉਸਨੇ ਆਪਣਾ ਧਨ ਦੌਲਤ ਗਰੀਬਾਂ 'ਚ ਵੰਡਿਆ ਅਤੇ ਗੁਰੂ ਸਾਹਿਬ ਜੀ ਨੂੰ ਇਹ ਵੀ ਬੇਨਤੀ ਕੀਤੀ ਕਿ ਸਤਿਗੁਰੂ, ਰੱਬੀ ਗਿਆਨ ਦੇਣ ਵਾਲੇ ਮੇਰੇ ਮਹਿਰਮ ਸਤਿਗੁਰੂ ਜੀ, ਹੁਣ ਮੈਂ ਚਾਹੁੰਦਾ ਹੈ ਕਿ ਇੱਥੇ ਹੀ ਤੁਸੀਂ ਟਿਕਾਣਾ ਕਰੋ ਅਤੇ ਕਰਤਾਰਪੁਰ ਸਾਹਿਬ ਵਾਲੀ ਜੋ ਜ਼ਮੀਨ ਸੀ ਉਹ ਸਤਿਗੁਰਾਂ ਨੂੰ ਉਹਨਾਂ ਦਿੱਤੀ ਅਤੇ ਗੁਰੂ ਸਾਹਿਬ ਜੀ ਨੇ ਉਸ ਜਗ੍ਹਾ 'ਤੇ ਖੇਤੀ ਸ਼ੁਰੂ ਕੀਤੀ।